ਜਦੋਂ ਵੀ ਮੈਂ ਆਉਂਦਾ ਮਾਤਾ ਦਾ ਇਹੋ ਹੀ ਹਾਲ ਆ, ਘੜੂਸਾ ਹੀ ਛੱਡਦੀ ਰਹਿੰਦੀ, ਹਨੇਰੇ ਹੀ ਮਾਰਦੀ ਰਹਿੰਦੀ ਹੈ। ਕੀ ਹੋਇਆ, ਤੁਸੀਂ ਬੜੇ ਲਾਲ ਪੀਲੇ ਹੋਣੇ ਜੇ। ਮਾਤਾ ਕੋਲ ਬੈਠਾ ਸੀ 2 ਘੜੀਆਂ, ਮੈਂ ਚਲੋ ਹਾਲ ਚਾਲ ਪੁੱਛਦਾ ਇਹਦਾ, ਤੇ ਉਹ ਆਪਣੀਆਂ ਡੈ ਪਈ ਆ। ਮਾਤਾ ਦਾ ਤਾਂ ਇਹੋ ਹਾਲ ਰਹਿਣਾ ਹੈ, ਇਹਨੇ ਨਹੀਂ ਸੁੱਖ ਦਾ ਸਾਹ ਲੈਣ ਦੇਣਾ। ਕਿ ਮਾਤਾ ਨੂੰ ਬੜੀ ਵਾਰੀ ਸਮਝਾਇਆ ਵਾ, ਇਹ ਵੀ 4 ਦਿਨ ਛੁੱਟੀ ਆਉਣਾ ਹੁੰਦਾ ਵਾ, ਨਾ ਬੁੜ ਬੁੜ ਕਰਿਆ ਕਰ, 4 ਦਿਨ ਉਹਨਾਂ ਨੂੰ ਰਹਿ ਲੈਂਦਿਆ ਕਰ ਚੱਜ ਦੇ ਨਾਲ। ਪਰ ਮਾਤਾ ਕਿੱਥੇ, ਉਹ ਮਾਤਾ ਤਾਂ ਟਲਦੀ ਨਹੀਂ ਆ। ਮੈਂ ਜਦੋਂ ਕੰਮ ਤੇ ਰਹਿੰਦਾ ਵਾਂ ਉੱਥੇ ਚੰਗਾ ਭਲਾ ਰਹਿੰਦਾ, ਠੀਕ ਠਾਕ ਰਹਿੰਦਾ। ਜਦੋਂ ਪਿੰਡ ਆ ਜਾਂਦਾ ਇੱਧਰੋਂ ਮਾਤਾ ਟੈਨਸ਼ਨਾਂ ਦੇ ਛੱਡਦੇ, ਉੱਧਰੋਂ ਤੁਸੀਂ ਦੇ ਛੱਡਦੇ ਹੋ, ਮੈਂ ਹੁਣ ਕੀ ਕਰਾਂ? ਮੈਂ ਤਾਂ ਫਸ ਗਿਆ ਨਾ ਵਿਚਕਾਏ। ਵਿਚਕਾਰ ਤੁਸੀਂ ਕਾਹਦਾ ਫਸੇ ਆ, ਵਿਚਕਾਰ ਤੇ ਮੈਂ ਫਸੀ ਆ। ਮੈਨੂੰ ਪੁੱਛ ਕੇ ਵੇਖੋ ਮੈਂ ਕਿੱਦਾਂ ਦਿਨ ਕੱਢਦੀ ਤੁਹਾਡੇ ਮਗਰੋਂ, ਕਦੇ ਨਾਲ ਰਹਿੰਦੀ ਮਾਤਾ ਦੇ। ਜਦੋਂ ਮਾਤਾ ਦੀ ਕੁੜੀ ਆਉਂਦੀ ਆ ਉਦੋਂ ਚੰਗੀ ਭਲੀ ਹੋ ਜਾਂਦੀ ਆ, ਤੇ ਜਦੋਂ ਚਲ ਜਾਂਦੀ ਆ ਫਿਰ ਬਿਮਾਰ ਹੋ ਜਾਂਦੀ ਆ, ਤੇ ਮਾਤਾ ਤੁਹਾਡੀ ਨੌਟੰਕੀ ਕਰਦੀ ਆ। ਤੁਸੀਂ ਨਾ ਇਹਦੀ ਟੈਨਸ਼ਨ ਲਿਆ ਕਰੋ। ਤੁਹਾਡਾ ਤਾਂ ਨੌ ਸੱਸ ਦਾ ਰਹਿਣਾ ਇਹੀ ਹਾਲ, ਮੇਰੀ ਰਹਿ ਗਈ 10 ਦਿਨ ਦੀ ਛੁੱਟੀ। ਜੇ ਤੇ ਕਿਤੇ ਜਾਣਾ ਹੈ ਘੁੰਮਣ ਫਿਰਨ, ਤੇ ਆਪਣੇ ਜਿਹੜੇ ਰਹਿੰਦੇ ਆ ਕੰਮ ਕੁੰਮ ਉਹਨੂੰ ਵੇੜ ਲਓ, ਤੇ ਚਲੋ ਫਿਰ ਘੁੰਮਣ ਚੱਲੀਏ। ਹਾਏ ਸਰਦਾਰ ਜੀ, ਤੁਸੀਂ ਘੁੰਮਣ ਦੀ ਗੱਲ ਕਰਦੇ ਹੋ, ਜੇ ਮਾਤਾ ਨੂੰ ਪਤਾ ਲੱਗ ਗਿਆ ਨਾ ਕਿ ਘੁੰਮਣ ਚੱਲੇ ਆ, ਤੇ ਉਹਨੂੰ ਤਾਂ ਹੌਲ ਪੈ ਜਾਣੇ ਆ। ਉਹਨੇ 7 ਘਰਾਂ 'ਚ ਜਾ ਕੇ ਦੱਸਣਾ ਕਿ ਪੁੱਤ ਨੂੰ ਮੈਂ ਸੱਦਿਆ ਸੀਗਾ ਕਿ ਕੁੜੀ ਕੋਲ ਜਾਣਾ ਵਾ, ਉਹਨੇ ਕਹਿਣਾ ਨੂੰਹ ਨੇ ਨਹੀਂ ਜਾਣ ਦਿੱਤਾ। ਮਾਤਾ ਨੂੰ ਤੇ ਇਦਾਂ ਹੀ ਹੌਲ ਪੀਂਦੇ ਰਹਿਣੇ ਆ, ਜੇ ਤੇ ਤੁਸੀਂ ਜਾਣਾ ਤੇ ਉੱਠ ਕੇ ਤਿਆਰ ਹੋਵੋ ਤੇ ਚਲੋ ਚੱਲੀਏ ਫਿਰ। ਮੈਂ ਤਿਆਰ ਹੀ ਆ, ਚਲੋ ਚਲੋ ਫਿਰ। ਵੇਲਾ ਭੈਣ ਸਿੰਦੋ, ਕੱਲ ਦਾ ਆਇਆ ਵਾ, ਆਉਂਦਿਆਂ ਹੀ ਪਤਾ ਨਹੀਂ ਕਿਹੜੇ ਕੰਨ ਭਰਤੇ ਇਹਨੇ ਕਿਹੜੇ ਨੂੰ, ਬਸ ਉਹਦੇ ਮਗਰ 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 ਮਗਰ, ਜਿੱਧਰ ਨੂੰ ਜਾਂਦੀ ਮਗਰ ਮਗਰ। ਜੇ ਮੈਂ ਫੋਨ ਕਰਕੇ ਸੱਦਿਆ ਵੀ ਤੂੰ ਆ ਜਾ ਤੇ ਉਹਨੂੰ ਸਮਝਾਈਏ ਪ੍ਰਾਹੁਣੇ ਨੂੰ ਜਾ ਕੇ ਵੀ ਤਾਂ ਕੁੜੀ ਦੀ ਜ਼ਿੰਦਗੀ ਨਾ ਖਰਾਬ ਕਰੇ, ਹੈਂ ਹੁਣ ਪਤਾ ਨਹੀਂ ਕਿੱਧਰ ਨੂੰ ਤਿਆਰ ਦੇ ਹੀ ਹੋਣ, ਹੈਂ ਪੱਗ ਪੁੱਗ ਬੰਨ੍ਹਣ ਦਾ ਪਤਾ ਨਹੀਂ ਕਿੱਧਰ ਨੂੰ ਚੱਲਿਆ ਹੀ। ਵੇਖ ਲਾ ਇੱਕ ਵਾਰੀ ਨਹੀਂ ਕਿਹਾ ਵੀ ਚੱਲ ਮਾਂ ਪਹਿਲਾਂ ਉਹਦੇ ਕੋਲ ਠੀਕ ਹੋਈਏ ਜਾ ਕੇ, ਹੈਂ ਕੋਈ ਹੈ ਹੀ ਨਹੀਂ ਇਹਨੂੰ, ਬਸ ਉਹ ਜਿੱਦਾਂ ਉਹ ਕਹੂਗੀ ਉੱਦਾਂ ਹੀ ਕਰਨਾ ਇਹਨੇ, ਕੀ ਮੈਂ ਕਰਾਂ, ਮੈਨੂੰ ਚਾਰੇ ਪਾਸੇ ਦਾ ਦੁੱਖ। ਮੈਂ ਇੱਥੇ ਕਦੋਂ ਦੀ ਬੈਠੀ, ਮੈਨੂੰ ਆਉਂਦੀ ਮੈਂ ਅੰਦਰ ਪੋਚੇ ਲਾਉਣੇ ਇੱਥੇ ਪੈ ਗਿਆ, ਅਤਰੇਕ ਥੱਲੇ ਮੈਂ ਇੱਥੇ ਸਵੇਰ ਦੀ ਬੈਠੀ ਹਾਂ। ਕਿਤੇ ਇਹ ਨਹੀਂ ਕਿਹਾ ਮਾਤਾ ਪੱਖਾ ਲਾ ਦਾਂ ਜਾਂ ਕਹੂੰ ਨਾ, ਸਾਰੀ ਉਮਰ ਆਪਾਂ ਘਰ ਬਣਾਉਂਦੇ ਰਹਿ ਜਾਂਦੇ ਹਾਂ, ਅਤੇ ਮਗਰ ਤੁਹਾਡੀ ਇਹ ਆ ਕਿੱਦਾਂ ਕਰਦੀ ਹਾਂ, ਕੀ ਮੈਂ ਕਰਾਂ। ਆ ਤੂੰ ਘੜੀ 2 ਲਾਗੇ ਆ ਗਈ ਆ, ਤੇ ਚੱਲ ਘੰਟਾ ਕੁ ਟਾਈਮ ਪਾਸ ਹੋ ਗਿਆ, ਹੈਂ ਇਕੱਲੀ ਬੈਠੀ, ਕਈ ਸੋਚਾਂ ਆਉਂਦੀਆਂ ਤੇ ਕਈ ਜਾਂਦੀਆਂ, ਕੀ ਕਰਾਂ ਮੈਂ। ਤੈਨੂੰ ਸਮਾਂ ਹੀ ਇੱਦਾਂ ਦਾ ਆ ਗਿਆ, ਘਰੋ ਘਰੀ ਵੱਲ ਕੀ ਕਰਾਂ, ਆਪਣੇ ਵੀਰੋ ਵੱਲ ਹੀ ਵੇਖ ਲਾ, ਉਹਦੀ ਕਦੋਂ ਦੀ ਗਈ ਆ ਤੇ ਆਪੇ ਰੋਟੀ ਪਾਣੀ ਪਕਾ ਕੇ ਖਾ ਲੈਂਦੇ। ਹੋਰ ਉਹ ਮੇਰਾ ਦੁੱਖ ਸੁੱਖ ਭੋਲਣ ਆਉਂਦੀ ਆ ਤੇ ਵਿਚਾਰੀ ਆਪਣਾ ਵੀ ਦੱਸ ਜਾਂਦੀ ਆ, ਇਹਨੂੰ ਉਹ ਵੀ ਸਾੜਾ ਹੋ ਜਾਂਦਾ ਵੀ ਇਹ ਇਕੱਠੀਆਂ ਬਹਿ ਜਾਂਦੀਆਂ, ਉਹ ਵੀ ਜਦੋਂ ਆਉਂਦੀ ਤੇ ਦੋਵੇਂ ਬੁੜ ਬੁੜ ਕਰਦੇ, ਉਹ ਵਿਚਾਰੀ ਅੱਜ ਸਵੇਰ ਦੀ ਆਈ ਨਹੀਂ। ਚੱਲ ਭੈਣੇ ਘਰੋ ਘਰੀ ਇਹੋ ਹੀ ਹਾਲ ਵਾ, ਵਿਆਹੀਆਂ ਮਗਰ ਆਉਂਦੀਆਂ ਤੇ ਮੁੰਡਿਆਂ ਮਗਰ ਲਾ ਲੈਂਦੀਆਂ, ਤੇ ਸਾਡੇ ਘਰ ਵੀ ਇਹੋ ਹੀ ਹਾਲ ਵਾ। ਕੀ ਕਰਨਾ ਫਿਰ, ਕੱਟਣੀ ਪੈਣੀ, ਕੀ ਕਰਨਾ। ਤੂੰ ਰੋਟੀ ਪਾਣੀ ਖਾਇਆ ਕਰ ਤੇ ਏਦਾਂ ਟੈਨਸ਼ਨ ਨਾ ਲਿਆ ਕਰ, ਠੀਕ ਹੈ ਨਾ, ਤੇ ਏਦਾਂ ਹੀ ਹੁੰਦੀ ਘਰੋ ਘਰੀ ਹੋਣ ਲੱਗੀ। ਮੁੱਕੇ ਨਹੀਂ ਕੰਮ ਅਜੇ, ਚਲੋ ਫਿਰ ਚੱਲੀਏ ਚੱਲੀਏ ਕੰਮ ਜਲਦੀ, ਲੇਟ ਹੋਣ ਡਿਆ ਫਿਰ ਜਾਣਾ ਤੇ ਚਲੋ ਕੰਮ ਫਿਰ। ਚਲੋ ਫਿਰ 2 ਭਾਂਡੇ ਰਹਿ ਗਏ, ਮਾਤਾ ਆਪੇ ਮਗਰੋਂ ਮਾਂ। ਚਲੋ ਚਲੋ ਜਲਦੀ ਕਰੋ ਫਿਰ।
ਵੇਖ ਲਾ ਛਿੰਦੋ ਭੈਣਾ ਐਦਾਂ ਕਰਦਾ ਈ ਮਗਰ ਮਗਰ ਉਹਦੇ ਪੈਲਾਂ ਪਾਉਂਦਾ ਈ ਜਿੱਧਰ ਨੂੰ ਜਾਂਦੀ ਮਗਰ ਮਗਰ ਹੈ ਕਿਹੜੀ ਇਹਨੂੰ ਹੂਰ ਲੱਭ ਗਈ ਉੱਡੀ ਇਹਨੂੰ ਕਿਤੇ ਇਹ ਨਹੀਂ ਕਹਿਣਾ ਕਿ ਮੈਂ 10 ਮਿੰਟ ਆਪਣੀ ਮਾਂ ਲਾਗੇ ਬਵਾਂ ਕਿ ਦੁੱਖ ਸੁੱਖ ਫੋਲਾਂ ਆ ਮੈਨੂੰ ਸਵੇਰ ਦਾ ਇੱਥੇ ਤਰੇਕ ਥੱਲੇ ਬਾਇਆ ਧੁੱਪ ਆ ਗਈ ਕਿਤੇ ਇੰਨਾ ਨਹੀਂ ਇਹਨਾਂ ਨੇ ਆਖਣਾ ਵੀ ਸ਼ਾਮੀ ਹੋ ਜਾ ਚੁੱਕੇ ਜਾਂਦੇ ਹੈਂ ਜੇ ਕਰੀਏ ਮੰਜੀ ਧੋਈਏ ਤਾਂ ਆਖਣਾ ਲੈ ਥਾਂ ਪੁੱਟਿਆ ਜਾਂਦਾ ਕੀ ਕਰੇ ਅਤੇ ਹੁਣ ਵੇਖ ਪਤਾ ਨਹੀਂ ਕਿੱਥੇ ਚੱਲੇ ਪਿਆਰ ਹੋ ਹੈਂ ਕੁੜੀ ਕੁ ਜਾਣ ਨੂੰ ਕਿਹਾ ਉੱਧਰ ਨੂੰ ਨਹੀਂ ਤੁਰਿਆ ਉਹਨੇ ਦੋਹਲੀ ਜਿੱਧਰ ਨੂੰ ਕਿਹਾ ਹੋਣਾ ਮੈਡਮ ਨੇ ਮਗਰ ਲੱਗ ਗਿਆ ਹੋਣਾ ਹੁਣ ਪਤਾ ਨਹੀਂ ਕਿੱਥੇ ਚੱਲੇ ਘੁੰਮਣ ਵੇਖੀ ਜਾਂਦਾ ਵੇਖੀ ਹੁਣ ਡੋਲੀ ਤਿਆਰ ਹੋ ਕੇ ਨਿਕਲ ਜਾਣਾ ਪਤਾ ਨਹੀਂ ਕਿੱਧਰ ਨੂੰ ਤਿਆਰੀ ਸੋਚਦੀ ਇੰਨਾ ਨਹੀਂ ਪਤਾ ਵੀ ਜੇ ਕੱਲ੍ਹ ਗਾਈ ਸੂਈ ਪੱਠੇ ਰੱਸਾ ਪਾਉਣਾ ਵਾ ਹੈਂ ਉਹ ਵੀ ਮੇਰੇ ਸਿਰ 'ਤੇ ਸੁੱਟ ਜਾਣਾ ਮੇਰੇ ਕੋਲ ਕਿੱਥੇ ਭੈਣ ਹੁੰਦਾ ਹੀ ਹੁਣ ਹੈਂ ਅੱਜ ਜਦੋਂ ਦੀ ਅੱਖ ਬਣਾਈ ਸੀ ਤਾਂ ਡਾਕਟਰ ਨੇ ਕਿਹਾ ਸੀ ਨਹੀਂ ਕੰਮ ਕਰਨਾ ਮੈਂ ਤਾਂ ਵੀ ਕਰਦੀ ਰਹੀ ਉਹਨੇ ਕਿਹਾ ਤੜਕਾ ਨਹੀਂ ਲਾਉਣਾ ਲੱਗੇ ਮੈਂ ਉਹ ਵੀ ਕਰਦੀ ਰਹੀ ਇਹਨੂੰ ਕੋਈ ਪਰਵਾਹ ਨਹੀਂ ਨੂੰਹ ਰਾਣੀ ਨੂੰ ਹੈਂ ਕਿੱਦਾਂ ਦੀ ਆਪਾਂ ਕਲਜੋਗਣ ਵਿਆਹ ਲਿਆਂਦੀ ਹੈ ਚਲੋ ਚਲੋ ਚੱਲੀਏਗਾ ਫਿਰ ਲੇਟ ਹੋਣ ਡੇ ਆ ਆ ਜਾਓ ਫਿਰ ਮਾ ਤਾਂ ਅਸੀਂ ਚੱਲੇ ਹਾਂ ਬਾਹਰ ਤੇ ਜੇ ਸਾਨੂੰ ਟਾਈਮ ਥੋੜਾ ਲੱਗ ਜਾਊ ਪੱਠੇ ਪੁੱਠੇ ਪਾ ਲਿਓ ਮਾ ਤਾਂ ਭਾਂਡੇ ਵੀ ਮਾਜ ਲਈ ਧੋ ਕੇ ਜੇ ਸਵੇਰਾ ਹੋਵੇ ਤਾਂ ਫਿਰ ਰੋਟੀ ਵੀ ਬਣਾ ਛੱਡਿਓ ਚਾਰ ਫੁਲਕੇ ਲਾ ਲਿਓ